ਰੇਡੀਓ ਮਿਰਚੀ 98.3 FM, ਇਟਸ ਹੌਟ, ਤੁਸੀਂ ਉਹ ਮੇਰੇ ਆਨੀ ਕਵਰ ਦੇ ਨਾਲ, ਐਂਡ ਇਸ ਟਾਈਮ ਮੇਰੇ ਨਾਲ ਨੇ ਡਾਕਟਰ ਜੀ ਐਸ ਜੰਮੂ ਫਰੋਮ ਜੰਮੂ ਹਸਪੀਟਲ ਜਲੰਧਰ. ਵੈਲਕਮ ਸਰ, ਕੀ ਹਾਲ ਚਾਲ? ਹਾਂਜੀ, ਥੈਂਕ ਯੂ ਕਮਲ ਜੀ, ਰੀਲੀ ਗੁੱਡ. ਓਕੇ ਸਰ, ਅੱਜ ਕੱਲ੍ਹ ਜਿੱਦਾਂ ਬੈਰੀਆਟ੍ਰਿਕ ਸਰਜਰੀ, ਇਹ ਵਰਡ ਬਹੁਤ ਜ਼ਿਆਦਾ ਸੁਣਨ ਨੂੰ ਮਿਲ ਰਿਹਾ, ਕਾਫੀ ਸਾਰੇ ਲੋਕ ਇਹਦਾ ਯੂ ਨੋ ਬੈਨੀਫਿਟਸ ਲੈ ਰਹੇ ਨੇ ਜਾਂ ਬੈਰੀਆਟ੍ਰਿਕ ਸਰਜਰੀ ਕਰਵਾ ਰਹੇ ਨੇ. ਇੱਕ ਤਰ੍ਹਾਂ ਦਾ ਨਾ ਕਦੇ ਕਦੇ ਲੱਗਦਾ ਸ਼ਾਇਦ ਸਟੇਟਸ ਸਿੰਬਲ ਬਣ ਚੁੱਕਿਆ, ਬਟ ਐਕਚੁਅਲ ਦੇ ਵਿੱਚ ਬੈਰੀਆਟ੍ਰਿਕ ਸਰਜਰੀ ਹੈ ਕੀ, ਉਹ ਤੁਸੀਂ ਸਾਨੂੰ ਦੱਸੋ. ਹਾਂਜੀ ਕਮਰ ਜੀ, ਜਿਹੜੀ ਬਰੀਐਟ੍ਰਿਕ ਸਰਜਰੀ ਹੈ, ਇਹਦਾ ਮਤਲਬ ਹੈ ਭਾਰ ਘਟਾਉਣ ਵਾਸਤੇ ਸਰਜਰੀ. ਅਸਲ 'ਚ ਇਹ ਸਰਜਰੀ USA ਤੋਂ ਸਟਾਰਟ ਹੋਈ ਸੀ, ਅਮਰੀਕਾ ਤੋਂ, ਕਿਉਂਕਿ ਉੱਥੇ ਮੋਟਾਪਾ ਬਹੁਤ ਜ਼ਿਆਦਾ ਹੋ ਗਿਆ ਸੀ. ਪਿਛਲੇ 25-30 ਸਾਲ ਤੋਂ ਉੱਥੇ ਚੱਲ ਰਹੀ ਸੀ, ਅਤੇ ਹੁਣ ਇੰਡੀਆ 'ਚ ਵੀ ਕਿਉਂਕਿ ਮੋਟਾਪੇ ਦੇ ਅੰਕੜੇ ਵੱਧ ਗਏ ਹਨ, ਅਤੇ ਪੰਜਾਬ ਆਪਣਾ ਉਹ ਪ੍ਰਾਂਤ ਬਣ ਗਿਆ ਜਿੱਥੇ ਮੋਟਾਪਾ ਇੰਡੀਆ ਵਿੱਚ ਸਭ ਤੋਂ ਜ਼ਿਆਦਾ ਹੈ, ਇਸ ਕਰਕੇ ਹੁਣ ਪੰਜਾਬ ਪ੍ਰਾਂਤ ਵਿੱਚ ਵੀ ਬਰੀਐਟ੍ਰਿਕ ਸਰਜਰੀ ਕਾਫੀ ਕਾਮਨ ਸ਼ੁਰੂ ਹੋ ਗਈ ਹੈ. ਇਹ ਅਸਲ ਵਿੱਚ ਭਾਰ ਘਟਾਉਣ ਵਾਸਤੇ ਇੱਕ ਸਰਜਰੀ ਹੈ, ਜਦੋਂ ਲੋਕਾਂ ਦਾ ਡਾਇਟਿੰਗ ਪ੍ਰੋਪਰ ਐਕਸਰਸਾਈਜ਼ ਕਰਕੇ ਵੇਟ ਲੂਜ਼ ਨਹੀਂ ਕਰ ਪਾਉਂਦੇ ਅਤੇ ਲਾਈਫ ਨੂੰ ਰਿਸਕ ਹੁੰਦਾ, ਉਦੋਂ ਅਸੀਂ ਬਰੀਐਟ੍ਰਿਕ ਸਰਜਰੀ ਕਰਕੇ ਉਹਨਾਂ ਦਾ ਵੇਟ ਲੂਜ਼ ਕਰ ਦਿੰਦੇ ਹਾਂ. ਮੇਰਾ ਅਗਲਾ ਸਵਾਲ ਇਹ ਹੈ ਕਿ ਮਤਲਬ ਬੈਰੀਐਟ੍ਰਿਕ ਸਰਜਰੀ ਦੀ ਲੋੜ ਕਿਉਂ ਪੈਂਦੀ ਹੈ, ਮਤਲਬ ਕੋਈ ਹੋਰ ਸੋਲਿਊਸ਼ਨ ਨਹੀਂ ਹੈ, ਕੋਈ ਹੋਰ ਤਰੀਕਾ ਨਹੀਂ ਹੈ? ਬਰੀਐਟ੍ਰਿਕ ਸਰਜਰੀ ਹਰ ਕਿਸੇ ਦੀ ਨਹੀਂ ਅਸੀਂ ਕਰਦੇ, ਉਹਦੇ ਲਈ ਅਸੀਂ ਉਹਦੀ ਹਾਈਟ ਅਤੇ ਵੇਟ ਦੀ ਰੇਸ਼ੋ ਰੱਖੀ, ਜਿਹਨੂੰ ਅਸੀਂ ਬਾਡੀ ਮਾਸ ਇੰਡੈਕਸ ਕਹਿੰਦੇ ਹਾਂ. ਉਹਦੇ ਲਈ ਇੱਕ ਸੈੱਟ ਗਾਈਡਲਾਈਨਸ ਹੁੰਦੀਆਂ, ਜਿਵੇਂ ਕਿ ਅਸੀਂ ਫੋਰ ਐਗਜ਼ਾਮਪਲ ਕਿਸੇ ਇਨਸਾਨ ਦੀ ਜੇ ਹਾਈਟ ਹੈਗੀ ਹੈ 5 ਫੁੱਟ, ਮੀਨਸ 150 ਸੈਂਟੀਮੀਟਰ, ਉਹ 'ਚ 100 ਘਟਾ ਦਿਓ ਤਾਂ 50 ਕਿਲੋ ਦਾ ਨੋਰਮਲ ਭਾਰ ਹੋਣਾ ਚਾਹੀਦਾ. ਸੋ ਜੇ ਉਹ ਆਪਣੇ ਇਸ ਨੋਰਮਲ ਭਾਰ ਨੂੰ ਨਹੀਂ ਮੇਨਟੇਨ ਕਰ ਪਾਉਂਦਾ, ਆਪਣੇ ਪ੍ਰੋਪਰ ਡਾਇਟ ਖਾ ਕੇ ਐਕਸਰਸਾਈਜ਼ ਕਰਕੇ ਉਹਦਾ ਭਾਰ ਵੱਧਦਾ ਹੀ ਜਾ ਰਿਹਾ, ਜਿਹਨੂੰ 80 ਕਿਲੋ ਦਾ ਹੋਣਾ ਚਾਹੀਦਾ ਸੀ, ਉਹ 100 ਕਿਲੋ ਜਾਂ 125 ਕਿਲੋ ਜਾਂ 150 ਕਿਲੋ ਜਾਂ ਹੋਰ ਵੀ ਜ਼ਿਆਦਾ ਹੋ ਗਿਆ, ਤਾਂ ਉਹਦੇ ਲਾਈਫ ਨੂੰ ਰਿਸਕ ਹੋ ਜਾਂਦਾ ਓਵਰ ਵੇਟ ਦੇ ਨਾਲ, ਅਤੇ ਉਸ ਵੇਲੇ ਉਹ ਸਰਜਰੀ ਕਰਾਉਣੀ ਉਹਦੇ ਲਈ ਜ਼ਰੂਰੀ ਹੋ ਜਾਂਦੀ. ਜੇ ਉਹ ਸਰਜਰੀ ਨਹੀਂ ਕਰਾਉਂਦੇ ਤਾਂ ਹੌਲੀ ਹੌਲੀ ਉਹਦੇ ਬਾਡੀ ਦੇ ਵਿੱਚ ਕਈ ਸਾਰੇ ਡੈਮੇਜਸ, ਜਿਵੇਂ ਕਿ ਉਹਨੂੰ ਸ਼ੂਗਰ ਹੋਣ ਦੇ ਚਾਂਸ ਹੁੰਦੇ ਆ, ਉਹਨੂੰ ਬਲੱਡ ਪ੍ਰੈਸ਼ਰ ਵਧਣ ਦੇ ਚਾਂਸ ਹੁੰਦੇ ਆ, ਉਹਨੂੰ ਹਾਰਟ ਫੇਲ ਹੋਣ ਦੇ ਚਾਂਸ ਹੁੰਦੇ ਆ, ਹਾਈ ਕੋਲੈਸਟਰੋਲ ਹੋਣ ਦੇ ਚਾਂਸ ਹੁੰਦੇ ਆ, ਓਵਰਵੇਟ ਕਰਕੇ ਜੁਆਇੰਟ ਪੇਨਸ ਹੋ ਜਾਂਦੀਆਂ, ਖਰਾਟੇ ਆਉਣੇ ਸ਼ੁਰੂ ਹੋ ਜਾਂਦੇ ਆ, ਸੁੱਤਿਆਂ ਪਿਆ ਸਾਹ ਰੁਕਣਾ ਸ਼ੁਰੂ ਹੋ ਜਾਂਦਾ, ਤਾਂ ਲਾਈਫ ਬਹੁਤ ਰਿਸਕੀ ਹੁੰਦੀ ਜਾਂਦੀ ਹੈ. ਸਟਾਰਟਿੰਗ ਦੇ ਵਿੱਚ ਆਪਾਂ ਗੱਲ ਕਰ ਰਹੇ ਸੀਗੇ ਕਿ ਇਹ ਸਰਜਰੀ ਕਾਫੀ ਜ਼ਿਆਦਾ ਕਾਮਨ ਹੋ ਚੁੱਕੀ ਹੈ, ਯੂ ਨੋ, ਨਾਟ ਇਵਨ ਇਨ ਪੰਜਾਬ, ਆਲ ਓਵਰ ਦਾ ਵਰਲਡ. ਸੋ ਇੱਥੇ ਜਲੰਧਰ ਦੇ ਵਿੱਚ ਤੁਹਾਡੇ ਹਸਪੀਟਲ ਕਿਤੋਂ ਕਿਤੋਂ ਲੋਕ ਆਉਂਦੇ ਨੇ ਸਰਜਰੀ ਕਰਵਾਉਣ ਦੇ ਲਈ? ਕਮਰ ਜੀ, ਕਿਉਂਕਿ ਇਹ ਸਰਜਰੀ ਤਾਂ ਜਿਵੇਂ ਤੁਹਾਨੂੰ ਦੱਸਿਆ, ਮੈਂ USA ਤੋਂ ਸਟਾਰਟ ਹੋਈ ਸੀ, ਸਾਡੇ ਕੋਲ ਜਦੋਂ NRI ਲੋਕ ਜਿਵੇਂ USA ਤੋਂ, ਇੰਗਲੈਂਡ ਤੋਂ, ਕੈਨੇਡਾ ਤੋਂ, ਆਸਟ੍ਰੇਲੀਆ ਤੋਂ, ਕੀਨੀਆ ਤੋਂ, ਬਹੁਤ ਸਾਰੇ ਕੰਟਰੀਜ਼ ਤੋਂ ਆਉਂਦੇ ਆ, ਕਿਉਂਕਿ ਉੱਥੇ ਇਹ ਸਰਜਰੀ ਦੀ ਬਹੁਤ ਜ਼ਿਆਦਾ ਡਿਮਾਂਡ ਅਤੇ ਬਹੁਤ ਜ਼ਿਆਦਾ ਵੇਟਿੰਗ ਲਿਸਟ ਹੈ. ਉਹ ਲੋਕਾਂ ਨੂੰ ਉੱਥੇ ਉਹਨਾਂ ਡਾਕਟਰਸ ਰਿਕਮੈਂਡ ਕਰਦੇ ਪਏ, ਸਰਜਰੀ ਕਰਾਓ ਅਤੇ ਆਪਣੇ ਕੁਆਲਿਟੀ ਆਫ ਲਾਈਫ ਇੰਪਰੂਵ ਕਰੋ, ਆਪਣੇ ਡਾਇਬਟੀਜ਼ ਕੰਟਰੋਲ ਕਰ ਲਓ, ਆਪਣਾ ਮੋਟਾਪਾ ਠੀਕ ਕਰ ਲਓ, ਆਪਣੇ ਸਿਹਤ ਠੀਕ ਕਰ ਲਓ. ਅਤੇ ਕਿਉਂਕਿ ਜੇ ਉਹ ਪ੍ਰਾਈਵੇਟ 'ਚ ਕਰਾਉਂਦੇ ਆ ਤਾਂ ਉਹਨਾਂ ਦਾ ਖਰਚਾ ਬਹੁਤ ਜ਼ਿਆਦਾ ਹੈ, ਇਸ ਕਰਕੇ ਸਾਡੇ ਕੋਲ NRIs ਕਾਫੀ ਜ਼ਿਆਦਾ ਆਉਂਦੇ ਆ, ਕਿਉਂਕਿ ਇੱਥੇ ਇੰਡੀਆ ਵਿੱਚ ਕੰਪੈਰੇਟਿਵਲੀ USA ਅਤੇ ਬਾਕੀ ਕੰਟਰੀ ਸਾਡੀ ਕੋਸਟ ਸਰਜਰੀ ਦੀ ਕਾਫੀ ਘੱਟ ਹੈ, ਉਹਨਾਂ ਨੂੰ ਅਸੀਂ ਜ਼ਿਆਦਾ ਸਹੂਲਤਾਂ ਦੇ ਸਕਦੇ ਹਾਂ, ਉਹਨਾਂ ਜ਼ਿਆਦਾ ਅਸੀਂ ਵੇਟਿੰਗ ਟਾਈਮ ਨਹੀਂ ਰੱਖਦੇ, ਇਸ ਕਰਕੇ NRIs ਕਾਫੀ ਆਉਂਦੇ. ਉਸ ਤੋਂ ਇਲਾਵਾ ਸਾਡੇ ਆਪਣੇ ਪੰਜਾਬੀ ਜਿਹੜੇ ਇੱਥੋਂ ਰਹਿਣ ਵਾਲੇ ਆ, ਉਹ ਜਾਂ ਆਲੇ ਦੁਆਲੇ ਦੇ ਲੋਕ ਕਾਫੀ ਆਉਂਦੇ ਆ, ਜਿਨ੍ਹਾਂ ਨੂੰ ਸਰਜਰੀ ਦੀ ਜ਼ਰੂਰਤ. ਰੇਡੀਓ ਮਿਰਚੀ 98.3 FM ਤੇ ਤੁਸੀਂ ਉਹ ਮਿਰਚੀ ਕਵਰ ਦੇ ਨਾਲ, ਤੇ ਮੇਰੇ ਨਾਲ ਨੇ ਡਾਕਟਰ ਜੀ ਐਸ ਜੰਮੂ ਫਰੋਮ ਜੰਮੂ ਹਸਪੀਟਲ. ਤੁਹਾਨੂੰ ਪਤਾ ਹੀ ਹੈ ਕਿ ਸਾਡੀ ਗੱਲਬਾਤ ਚੱਲ ਰਹੀ ਹੈ ਅਬਾਊਟ ਬੈਰੀਐਟ੍ਰਿਕ ਸਰਜਰੀ, ਐਂਡ ਬੈਰੀਐਟ੍ਰਿਕ ਸਰਜਰੀ ਦੇ ਵਿੱਚ ਟੋਟਲ ਟਾਈਮ ਕਿੰਨਾ ਲੱਗਦਾ, ਇਹ ਸਰ ਤੋਂ ਪੁੱਛਦੇ ਆ. ਕਵਰ ਜੀ, ਸਰਜਰੀ ਬਹੁਤ ਛੋਟੀ ਹੈ, ਜਿਹਨੂੰ ਅਸੀਂ ਦੂਰਬੀਨ ਵਿਧੀ ਨਾਲ, ਜਿਵੇਂ ਕਿ ਲੈਪਰੋਸਕੋਪਿਕ ਵਿਧੀ ਨਾਲ ਕਰਦੇ ਹਾਂ, ਹਾਰਡਲੀ ਅੱਧੇ ਤੋਂ 1.5 ਘੰਟੇ ਦੀ ਸਰਜਰੀ ਹੈ, ਅਤੇ ਸਿਰਫ 4 ਜਾਂ 5 ਸਟਿਚ ਲੱਗਦੇ ਹਨ. ਓਪਰੇਸ਼ਨ ਤੋਂ ਬਾਅਦ ਪੇਸ਼ੈਂਟ 17-18 ਘੰਟਿਆਂ ਬਾਅਦ ਹੀ ਤੁਰਨਾ ਫਿਰਨਾ ਸ਼ੁਰੂ ਕਰ ਦਿੰਦਾ ਹੈ, ਆਪਣੇ ਲਿਕੁਇਡ ਡਾਇਟ ਪੀਣ ਵਾਲੀ ਚੀਜ਼ਾਂ ਸ਼ੁਰੂ ਕਰ ਦਿੰਦਾ ਹੈ, ਅਤੇ 2 ਦਿਨ ਦੇ ਵਿੱਚ ਹੀ ਪੇਸ਼ੈਂਟ ਡਿਸਚਾਰਜ ਹੋ ਕੇ ਘਰ ਵੀ ਜਾ ਸਕਦਾ.
ਰੇਡੀਓ ਮਿਰਚੀ 98.3 FM, ਇਟਸ ਹੌਟ, ਤੁਸੀਂ ਉਹ ਮਿਰਚੀ ਕਵਰ ਨਾਲ, ਤੇ ਮੇਰੇ ਨਾਲ ਨੇ ਡਾਕਟਰ ਜੀ ਐਸ ਜੰਮੂ ਫਰੋਮ ਜੰਮੂ ਹਸਪਤਾਲ, ਪੈਰੀਆਟ੍ਰਿਕ ਸਰਜਰੀ ਦੇ ਬਾਰੇ ਅਸੀਂ ਇਹਨਾਂ ਦੇ ਨਾਲ ਗੱਲ ਕਰਦੇ ਹਾਂ, ਪੁੱਛਦੇ ਆਪਣਾ ਅਗਲਾ ਸਵਾਲ। ਅੱਛਾ, ਅਪਾਰਟ ਫਰੋਮ ਦਿਸ, ਜਿੱਦਾਂ ਤੁਸੀਂ ਦੱਸਿਆ ਕਿ ਡਿਫਰੈਂਟ ਡਿਫਰੈਂਟ ਇਸ਼ੂਜ਼ 'ਤੇ ਡਿਪੈਂਡ ਕਰਦਾ ਕਿ ਕਿਸ ਟਾਈਪ ਦੀ ਸਰਜਰੀ ਉਹਦੀ ਕਰਨੀ ਹੈ, ਰਾਈਟ? ਮਤਲਬ ਕਿ ਭਾਵੇਂ ਕਿਸੇ ਬੰਦੇ ਨੂੰ ਅਪਾਰਟ ਫਰੋਮ ਬੈਰੀਆਟ੍ਰਿਕ, ਉਹਨੂੰ ਹੋਰ ਵੀ ਬਹੁਤ ਸਾਰੇ, ਜਿੱਦਾਂ ਕਿ ਤੁਸੀਂ ਦੱਸਿਆ ਸ਼ੂਗਰ ਦੀ ਵਗੈਰਾ ਵਗੈਰਾ, ਸਰਜਰੀ ਇੱਕੋ ਹੀ ਹੁੰਦੀ ਹੈ? ਇਹ ਨਹੀਂ ਕਿ ਜ਼ਿਆਦਾ ਪ੍ਰੋਬਲਮ ਜ਼ਿਆਦਾ ਸਰਜਰੀਜ਼ ਹੋਣਗੀਆਂ? ਨਹੀਂ, ਸਰਜਰੀ ਤਾਂ ਇੱਕ ਹੀ ਹੋਏਗੀ ਜੀ, ਸਿਟਿੰਗ ਇੱਕੋ ਹੀ ਹੈ। ਹਾਂ, ਇੱਕੋ ਸਿੰਗਲ ਸਿਟਿੰਗ ਦੇ ਵਿੱਚ ਸਾਰੀ ਸਰਜਰੀ ਕੀਤੀ ਜਾਏਗੀ। ਉਹ ਡਿਪੈਂਡ ਕਰਦਾ ਸੀ ਸਰਜਰੀ ਵਿੱਚ ਉਹਦਾ ਕਿੰਨਾ ਜਿਹਾ ਅਸੀਂ ਬਾਈਪਾਸ ਕਰਨਾ, ਤਾਂ ਬਾਈਪਾਸ ਕਿੰਨਾ ਲੰਬਾ ਕਰਨਾ। ਜੇ ਬਾਈਪਾਸ ਤੋਂ ਇਲਾਵਾ ਕੋਈ ਦੂਸਰੀ ਸਰਜਰੀ ਕਰਨੀ ਹੈ ਤਾਂ ਸਟਮਕ ਦਾ ਸਾਈਜ਼ ਅਸੀਂ ਕਿੰਨਾ ਸਟੈਪਲ ਕਰਨਾ, ਅਤੇ ਸਰਜਰੀ ਅਸੀਂ ਰਿਵਰਸੇਬਲ ਕਰਨੀ ਹੈ ਕਿ ਨੋਨ ਰਿਵਰਸੇਬਲ ਕਰਨੀ ਹੈ, ਟੈਂਪਰੇਰੀ ਕਰਨੀ ਹੈ, ਇਸ ਤਰ੍ਹਾਂ ਬਹੁਤ ਸਾਰੇ ਫੈਕਟਰਸ ਆ ਜਾਂਦੇ ਆ। ਓਕੇ ਓਕੇ, ਐਂਡ ਜੋ ਬੰਦੇ ਸਰਜਰੀ ਕਰਾ ਲੈਂਦੇ ਆ, ਜੋ ਪੇਸ਼ੈਂਟਸ, ਉਹਨਾਂ ਨੂੰ ਫਿਰ ਕਿਹੜੀਆਂ ਕਿਹੜੀਆਂ ਪ੍ਰੀਕੋਸ਼ਨਸ ਲੈਣੀਆਂ ਪੈਂਦੀਆਂ? ਕੋਈ ਖਾਸ ਪ੍ਰੀਕੋਸ਼ਨ ਲੈਣੀ ਪੈਂਦੀ ਜੀ, ਪੇਸ਼ੈਂਟ ਹਰ ਤਰ੍ਹਾਂ ਦੀ ਡਾਇਟ, ਵੈਜੀਟੇਰੀਅਨ ਡਾਇਟ, ਨੋਨ ਵੈਜੀਟੇਰੀਅਨ ਡਾਇਟ ਕੋਈ ਵੀ ਖਾ ਸਕਦਾ। ਓਕੇ, ਅਸੀਂ ਕੋਈ ਡਾਇਟਰੀ ਪ੍ਰੀਕੋਸ਼ਨ ਸਿਰਫ ਪੇਸ਼ੈਂਟ ਨੂੰ ਇਹੀ ਐਡਵਾਈਸ ਕਰਦੇ ਹਾਂ, ਕਿਉਂਕਿ ਜਿਹੜੀ ਆ ਹੈਲਦੀ ਚੀਜ਼ਾਂ ਤੁਹਾਡੇ ਸਿਹਤ ਵਾਸਤੇ ਉਹ ਤੁਸੀਂ ਖਾਓ, ਜਿਵੇਂ ਕਿ ਪ੍ਰੋਟੀਨ ਰਿਚ ਡਾਇਟ ਹੋਣੀ ਚਾਹੀਦੀ ਆ, ਉਹ ਅੱਛੀ ਹੈ, ਥੋੜ੍ਹੇ ਕਾਰਬੋਹਾਈਡਰੇਟਸ ਲਓ, ਪਰ ਇੰਨੀ ਜ਼ਿਆਦਾ ਮਾਤਰਾ 'ਚ ਨਾ ਲਓ, ਜਿੰਨੀ ਕੁ ਬੋਡੀ ਨੂੰ ਰਿਕੁਆਇਰਮੈਂਟ ਹੁੰਦੀ ਹੈ ਉਹ ਲੈਣੀ ਚਾਹੀਦੀ ਹੈ, ਫੈਟਸ ਉਨੇ ਲੈਣੇ ਚਾਹੀਦੇ ਜਿੰਨੀ ਬੋਡੀ ਰਿਕੁਆਇਰਡ ਹੈ, ਜ਼ਿਆਦਾ ਫੈਟੀ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ, ਇਸ ਤਰ੍ਹਾਂ ਕੋਈ ਪਰਮਾਨੈਂਟਲੀ ਵੀ ਇਹ ਚੀਜ਼ ਬੰਦ ਹੋ ਜਾਂਦੀ, ਇਸ ਤਰ੍ਹਾਂ ਕੋਈ ਚੀਜ਼ ਬੰਦ ਨਹੀਂ ਹੁੰਦੀ। ਓਕੇ, ਐਂਡ ਐਟ ਦੀ ਐਂਡ ਇਸ ਸਰਜਰੀ ਦੇ ਫਾਇਦੇ ਕੀ ਕੀ ਨੇ? ਜਿਵੇਂ ਕਿ ਮੈਂ ਪਹਿਲੇ ਦੱਸਿਆ, ਸਰਜਰੀ ਤੁਹਾਡਾ ਵੇਟ ਲੂਜ਼ ਕਰਦੀ ਹੈ। ਜਿਹੜਾ ਸਾਡੇ ਕੋਲ ਪੇਸ਼ੈਂਟ ਹੁੰਦੇ ਆ, ਕਈਆਂ ਦਾ 50 ਕਿਲੋ ਭਾਰ ਜ਼ਿਆਦਾ ਹੁੰਦਾ, ਕਈਆਂ ਦਾ 100 ਕਿਲੋ ਜਾਂ ਇਸ ਤੋਂ ਜ਼ਿਆਦਾ ਹੁੰਦਾ, ਮੈਂ ਦੇਖਿਆ ਸਾਡੇ ਮੇਰੀ ਆਪਣੀ ਪ੍ਰੈਕਟਿਸ ਵਿੱਚ ਕਿਸੇ ਪੇਸ਼ੈਂਟ 150 ਕਿਲੋ ਵੇਟ ਲੂਜ਼ ਕੀਤਾ, ਕਿਸੇ 100 ਕਿਲੋ, ਕਿਸੇ 50 ਕਿਲੋ, ਕਿਸੇ 40 ਕਿਲੋ। ਇਸ ਤਰ੍ਹਾਂ ਇੱਕ ਤਾਂ ਤੁਸੀਂ ਵੇਟ ਲੂਜ਼ ਕਰਨ ਤੋਂ ਬਾਅਦ ਤੁਸੀਂ ਲਾਈਫ, ਤੁਹਾਡੀ ਕੁਆਲਿਟੀ ਆਫ ਲਾਈਫ ਬਹੁਤ ਚੰਗੀ ਹੋ ਜਾਂਦੀ ਹੈ, ਤੁਸੀਂ ਜ਼ਿਆਦਾ ਐਕਟਿਵਲੀ ਕੰਮ ਕਰਦੇ ਹੋ। ਸੈਕਿੰਡ ਫਾਇਦਾ ਇਹਨਾਂ ਦਾ, ਜਿਹੜੀ ਮੋਟਾਪੇ ਨਾਲ ਪ੍ਰੋਬਲਮ ਸਾਨੂੰ ਜਿਵੇਂ ਸ਼ੂਗਰ ਹੁੰਦੀ ਹੈ, ਟਾਈਪ 2 ਡਾਇਬਿਟੀਜ਼, ਇਹ ਠੀਕ ਹੋ ਜਾਂਦੀ ਹੈ। ਤੁਹਾਨੂੰ ਜੇ ਤੁਸੀਂ ਇਨਸੁਲਿਨ 'ਤੇ ਹੋ ਤਾਂ ਤੁਹਾਨੂੰ ਇਨਸੁਲਿਨ ਦੇ ਤੋਂ ਵੀ ਛੁਟਕਾਰਾ ਮਿਲ ਜਾਂਦਾ, ਸ਼ੂਗਰ ਦੀਆਂ ਬਾਕੀ ਦਵਾਈਆਂ ਦਾ ਵੀ ਛੁਟਕਾਰਾ ਮਿਲ ਜਾਂਦਾ। ਜੇ ਤੁਹਾਡਾ ਕੋਲੈਸਟਰੋਲ ਜ਼ਿਆਦਾ ਰਹਿੰਦਾ, ਤੁਹਾਨੂੰ ਕੋਲੈਸਟਰੋਲ ਨੋਰਮਲ ਹੋ ਜਾਂਦਾ। ਜੇ ਤੁਹਾਨੂੰ ਸੁੱਤਿਆਂ ਪਏ ਖਰਾਟੇ ਬਹੁਤ ਆਉਂਦੇ ਆ, ਘਰਾੜੇ ਆਉਂਦੇ ਆ, ਤਾਂ ਉਹ ਠੀਕ ਹੋ ਜਾਂਦੇ ਆ। ਸਲੀਪ ਐਪਨੀਆ ਦੀ ਪ੍ਰੋਬਲਮ ਠੀਕ ਹੋ ਜਾਂਦੀ ਹੈ, ਜਿਹੜੇ ਜੁਆਇੰਟ ਪੇਨਸ ਠੀਕ ਹੋ ਜਾਂਦੀਆਂ। ਹੁਣ ਤਾਂ ਇਹ ਵੀ ਰਿਸਰਚਸ ਕਹਿੰਦੀਆਂ ਵੀ ਜਿਹੜੀ ਫੀਮੇਲਸ ਦੇ ਵਿੱਚ ਇੱਕ ਇਨਫਰਟੀਲਿਟੀ ਦਾ ਕੌਜ਼ ਹੁੰਦਾ, ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼, ਮਤਲਬ ਬਾਂਝਪਨ ਦੇ ਕਾਰਨ ਹੈ, PCOD। ਆਫਟਰ ਦੇ ਸਰਜਰੀ PCOD ਵੀ ਕਾਫੀ ਹੱਦ ਤੱਕ ਠੀਕ ਹੋ ਜਾਂਦੀ ਹੈ। ਅਤੇ ਹੁਣ ਲੇਟੈਸਟ ਰਿਸਰਚਸ ਇਹ ਵੀ ਦੱਸਿਆ ਵੀ ਜਿਹੜਾ ਪੇਸ਼ੈਂਟਸ ਨੇ ਪਿਛਲੇ ਕੁਛ ਸਾਲਾਂ ਵਿੱਚ 10-15-20 ਸਾਲਾਂ 'ਚ ਸਰਜਰੀ ਕਰਾਈ ਹੈ, ਉਹਨਾਂ ਦਾ ਆਮ ਲੋਕਾਂ ਨਾਲੋਂ ਕੈਂਸਰ ਦੇ ਚਾਂਸਿਸ ਵੀ ਕਾਫੀ ਘੱਟ ਜਾਂਦੇ। ਓਕੇ, ਠੀਕ ਹੈ ਜੀ, ਥੈਂਕ ਯੂ ਸੋ ਮਚ ਸਰ ਫੋਰ ਸੱਚ ਅ ਵੈਲਿਊਏਬਲ ਇਨਫੋਰਮੇਸ਼ਨ। ਐਂਡ ਐਟ ਦੀ ਐਂਡ ਤੁਸੀਂ ਸੁਣਨ ਵਾਲਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਸੁਣਨ ਨਾਲ ਦੱਸਣਾ ਚਾਹੂੰਗਾ ਕਿ ਬਰੀਐਟ੍ਰਿਕ ਸਰਜਰੀ ਕੋਈ ਘਬਰਾਉਣ ਵਾਲੀ ਚੀਜ਼ ਨਹੀਂ, ਇੱਕ ਬਹੁਤ ਛੋਟੀ ਜਿਹੀ ਲੈਪਰੋਸਕੋਪਿਕ ਵਿਧੀ ਨਾਲ ਓਪਰੇਸ਼ਨ ਕੀਤਾ ਜਾਂਦਾ, ਜਿਸ ਲਈ ਹੋਸਪਿਟਲ ਤੁਹਾਨੂੰ ਸਿਰਫ 1 ਜਾਂ 2 ਦਿਨ ਲਈ ਦਾਖਲ ਹੋਣਾ ਪੈਂਦਾ। ਇਹ ਇੱਕ ਛੋਟਾ ਜਿਹਾ ਓਪਰੇਸ਼ਨ ਕਰਾ ਕੇ ਤੁਸੀਂ ਆਪਣੀ ਕੁਆਲਿਟੀ ਆਫ ਲਾਈਫ ਇੰਨੀ ਕੁ ਵਧੀਆ ਕਰ ਲੈਂਦੇ ਹੋ, ਤੁਹਾਨੂੰ ਸੋਸ਼ਲੀ, ਕੋਸਮੈਟਿਕਲੀ ਅਤੇ ਫਿਜ਼ੀਕਲੀ ਤੁਹਾਨੂੰ ਬਹੁਤ ਫਾਇਦੇ ਹੁੰਦੇ ਹਨ। ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਜਾਨ ਛੁੱਟ ਜਾਂਦੀ ਹੈ। ਸਭ ਨਾਲੋਂ ਵੱਡੇ ਜਿਹੜੇ ਮੋਟਾਪੇ ਦਾ ਜਿਹੜਾ ਤੁਹਾਡਾ ਇੱਕ ਕੰਪਲੈਕਸ ਆਇਆ ਹੁੰਦਾ ਹੈ, ਸਭ ਨਾਲੋਂ ਪਹਿਲੇ ਉਹ ਤੁਹਾਡਾ ਦੂਰ ਹੋ ਜਾਂਦਾ। ਠੀਕ ਹੈ ਜੀ, ਥੈਂਕ ਯੂ ਸੋ ਮਚ ਫੋਰ ਟਾਕਿੰਗ ਟੂ ਅਸ, ਥੈਂਕ ਯੂ। ਸੋ ਇਹ ਸੀਗੇ ਡਾਕਟਰ ਜੀ ਐਸ ਜੰਮੂ ਫਰੋਮ ਜੰਮੂ ਹਸਪਤਾਲ, ਜਿਹਨਾਂ ਨੇ ਸਾਨੂੰ ਡੀਟੇਲ ਇਨਫੋਰਮੇਸ਼ਨ ਦਿੱਤੀ ਅਬਾਊਟ ਬਰੀਐਟ੍ਰਿਕ ਸਰਜਰੀ। ਯੂ ਸਟੇ ਟਿਊਨਡ ਟੂ ਰੇਡੀਓ ਮਿਰਚੀ 98.3 FM, ਸਟੇ ਹੌਟ।